प्यारे बच्चों की हालचाल है सब ठीक हो ना बच्चों आज बुधवार 8 जुलाई 2020 है ਤੇ ਬੱਚਿਓ ਅੱਜ ਦੀ ਸਲਾਈਡ ਦਾ ਵਿਚਾਰ ਹੈ ਹਰ ਮਨੁੱਖ ਸਾੰਬੇ ਇੱਕ ਰੁੱਖ ਹਰ ਮਨੁੱਖ ਸਾੰਬੇ ਇੱਕ ਰੁੱਖ ਪਾਉ ਰੁੱਖ ਸਾਡੇ ਸੱਚੇ ਸਾਥੀ ਹਨ ਇਹ ਮੇਂ ਲਿਆਉਣ ਵਿੱਚ ਸਹਾਇੀ ਹੁੰਦੇ ਹਨ ਇਹ ਸਾਡੀਆਂ ਦਵਾਈਆਂ ਬੂਟੀਆਂ ਦਾ ਸਰੋਤ ਹਨ ਔਰ ਨਾ ਜਾਣੇ ਕਿੰਨੇ ਅਣਗਿਣਤ ਫਾਇਦੇ ਸਾਨੂੰ ਰੁੱਖਾਂ ਤੋਂ ਹਨ ਪਰ ਤਾਜ਼ ਦੀ ਇਹ ਹੈ ਕਿ ਮਨੁੱਖ ਨੇ ਰੁੱਖਾਂ ਨੂੰ ਬੇਰਹਿਮੀ ਨਾਲ ਕਟਿਆ ਹੋਇਆ ਹੈ ਜਿਸ ਕਾਰਨ ਵਾਤਾਵਰਣ ਦਾ ਸੰਤੁਲਨ ਵਿਗੜ ਗਿਆ ਹੈ ਇਸ ਲਈ ਜੇਕਰ ਹਰ ਮਨੁੱਖ ਇੱਕ ਰੁੱਖ ਵੀ ਸਾਂਭ ਲਵੇ ਤਾਂ ਸਾਡੀ ਕਈ ਪੀੜ੍hiyan ਸੁਖੀ रह ਸਕਦੀਆਂ ਹਨ ਇਸ ਲਈ ਹਰ ਮਨੁੱਖ ਸਾਂਭੇ ਇੱਕ ਰੁੱਖ ਬੱਚਿਓ ਆਓ ਹੁਣ ਗਿਆਨ ਵਿਗਿਆਨ ਦੀਆਂ ਗੱਲਾਂ ਕਰੀਏ ਪਹਿਲਾ ਪ੍ਰਸ਼ਨ ਰੰਥੰਬੋਰ نیشنل پارک ਕਿਹੜੇ ਪ੍ਰਾਂਤ ਵਿੱਚ ਸਥਿਤ ਹੈ ਬੱਚਿਓ ਇਹ ਅਸੀਂ ਕੱਲ ਵੀ ਪੜਿਆ ਸੀ ਰੰਥੰਬੋਰ نیشنل پارک ਰਾਜਸਥਾਨ ਵਿੱਚ ਸਥਿਤ ਹੈ ਇਹ ਨਾ ਦੀਆਂ ਤਸਵੀਰਾਂ ਹਨ ਤੁਸੀਂ ਇਹ ਕੱਲ ਵੀ ਦੇਖ ਚੁੱਕੇ ਹੋ ਆਓ ਬੱਚਿਓ ਹੁਣ ਅਗਲਾ ਪ੍ਰਸ਼ਨ ਦੇਖੀਏ ਹੁਸੈਨੀ ਵਾਲਾ ਬਾਰਡਰ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ ਬੱਚਿਓ ਹੁਸੈਨੀ ਵਾਲਾ ਬਾਰਡਰ फिरोजपुर स्थित है स्थित है फिरोजपुर जिले स्थित है तस्वीर वाटर वार्टर दस्वीर अगला प्रश्न देखो सराबा पिंड किस देश भगत न सराबा पिंड का संबंध शहीद ਕਰਤਾਰ ਸਿੰਘ ਸਰਾਬਾ ਜੀ ਨਾਲ ਸੰਬੰਧਿਤ ਹੈ ਬੱਚਿਓ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਸਰਾਬਾ ਪਿੰਡ ਦੇ ਸਨ ਅਗਲਾ ਪ੍ਰਸ਼ਨ ਰੋਮਨ ਅੰਕ ਪ੍ਰਣਾਲੀ ਵਿੱਚ 130 ਕਿਵੇਂ ਲਿਖਿਆ ਜਾਂਦਾ ਹੈ ਰੋਮਨ ਅੰਕ ਪ੍ਰਣਾਲੀ ਵਿੱਚ 130 ਇੰਗਲਿਸ਼ ਦੇ ਅਲਫਾਬੈਟ ਸੀ ਟ੍ਰਿਪਲ ਐਕਸ ਵਿੱਚ ਲਿਖਿਆ ਜਾਂਦਾ ਹੈ ਬੱਚਿਓ ਪੰਜਵਾਂ ਪ੍ਰਸ਼ਨ ਪੌਦੇ ਹਵਾ ਤੋਂ ਕਿਹੜੀ ਗੈਸ ਲੈਂਦੇ ਹਨ ਬੱਚਿਓ ਪੌਦੇ ਹਵਾ ਵਿੱਚੋਂ ਕਾਰਬਨ ਡਾਈਆਕਸਾਈਡ ਲੈਂਦੇ ਹਨ ਉਹ ਆਕਸੀਜਨ ਛੱਡਦੇ ਹਨ ਜੋ ਕਿ ਮਨੁੱਖ ਲੈਂਦਾ ਹੈ ਤੇ ਆਪ ਉਹ ਕਾਰਬਨ ਡਾਈਆਕਸਾਈਡ ਗੈਸ ਲੈਂਦੇ ਹਨ ਤੇ ਹੁਣ ਤੁਹਾਡਾ ਮਨਪਸੰਦ ਆਓ 부ਛੇ ਐਨੀ ਕੁ ਡੱਬੀ ਵਿੱਚ ਤਲਵਾਰਾਂ ਐਨੀ ਕੁ ਡੱਬੀ ਵਿੱਚ ਤਲਵਾਰਾਂ ਜਦ ਜੋ ਲੋਡ ਪਵੇ ਬੱਖੀ ਵਿੱਚ ਮਾਰਾਂ ਬੁੱਝੋ ਹਾਂਜੀ ਮਾਂਚਸ ਦੀ ਤਿਲੀਆਂ ਬੱਚਿਓ ਤੁਸੀਂ ਸਾਰਿਆਂ ਨੇ ਦੇਖਿਆ ਨਾ ਮਾਂਚਸ ਦੀ ਤਿਲੀਆਂ ਤੇ ਆਓ ਹੁਣ ਅਗਲੇ ਪ੍ਰਸ਼ਨ ਵੱਲ ਦੇ ਆਈਏ ਅਗਲਾ ਹੈ ਵਰਡ ਫੋਰ ਪ੍ਰੈਕਟਿਸ ਬੱਚਿਓ ਅੱਜ ਦੇ ਵਰਡਸ ਐਸ ਐਚ ਦੀ ਸਾਊਂਡ ਤੇ ਨੇ ਜਿਸ ਦੀ ਸਾਊਂਡ ਕੀ ਨਿਕਲਦੀ ਹੈ ਸ਼ ਤੇ ਪਹਿਲਾ ਹੈ शेप दूसरा शॉप तीसरा शर्ट चौथा शूज पांचवा शेड बच्चों ਤੁਸੀਂ ਸਾਰਿਆਂ ਨੇ ਇਸ ਨੂੰ ਪੜ੍ਹਨਾ ਹੈ ਤੇ ਕਾਪੀ ਵਿੱਚ ਲਿਖਣਾ ਵੀ ਹੈ थैंक यू ਘਰ ਵਿੱਚ ਰਹੋ ਤੇ ਸੇਫ ਰਹੋ